ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਕੁੰਡੇ ਵਾਲੀ ਸਲਵਾਰ ਕੱਟਣ ਬਾਰੇ ਦੱਸਾਂਗੇ ਵੀ ਇਸ ਨੂੰ ਕਿਸ ਤਰ੍ਹਾਂ ਕੱਟਿਆ ਜਾਂਦਾ ਹੈ, ਜਿਹਦੇ ਵਿੱਚ ਪਹੁੰਚੇ ਨਹੀਂ ਪੈਂਦੇ। ਹਾਂਜੀ ਇਹ ਆਪਾਂ ਕੱਪੜੇ ਨੂੰ ਜੀ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ, ਇਸ ਤਰ੍ਹਾਂ। ਫਿਰ ਆਪਾਂ ਜੀ ਇਹਦੀ ਲੈਂਥ ਲੈ ਲੈਣੀ ਸਲਵਾਰ ਦੀ, ਕਿੰਨੀ ਆ ਆਪਣੀ ਆਪਣੀ ਜੀ ਪੂਰੀ ਤਿਆਰ 36 ਇੰਚ। 5 ਇੰਚ ਆਪਾਂ ਬੈਲਟ ਦਾ ਕੱਪੜਾ ਕੱਢ ਕੇ ਜੀ, ਅਤੇ ਆਪਣੀ ਪਿੱਛੇ ਦੇ ਜਿਹੜੀ ਜੀ ਇਹ ਸਲਵਾਰ 31 ਹੈ, 1 ਇੰਚ ਮਾਰਜਨ ਦਾ ਆਪਾਂ ਜੀ 32 ਇੰਚ ਕੱਟਾਂਗੇ ਨਾ, ਇਸ ਤਰ੍ਹਾਂ 32 ਦੇ ਆਪਾਂ ਨਿਸ਼ਾਨ ਲਗਾਉਂਗੇ। ਇਸ ਤਰ੍ਹਾਂ 32 ਦੇ ਨਿਸ਼ਾਨ ਲਾ ਕੇ ਜੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ। ਬੱਤੀ ਤੋਂ ਆਪਾਂ 1 ਇੰਚ ਵੱਧ ਨਿਸ਼ਾਨ ਲਾਵਾਂਗੇ ਜੀ, ਆਪਾਂ ਉਹਦੇ ਕੱਟ ਪਾਵਾਂਗੇ ਜਿਹਦੇ ਨਾਲ ਕਿ ਸਲਵਾਰ ਆਪਣੀ ਚੱਕੀ ਨਹੀਂ ਜਾਂਦੀ। ਨਹੀਂ ਆਮ ਜ਼ਿਆਦਾ ਕੰਪਲੇਂਟ ਆਉਂਦੀ ਹੈ ਕਿ ਸਲਵਾਰ ਚੱਕੀ ਜਾਂਦੀ ਆ। ਆਪਾਂ 2 ਇੰਚ ਵੱਧ ਲਵਾਂਗੇ ਕੱਪੜਾ ਜੀ, ਫਿਰ ਆਪਾਂ ਕਾਟ ਪਾਵਾਂਗੇ ਫਰੰਟ ਸਾਈਡ 'ਤੇ, ਇਹਦੇ ਨਾਲ ਕਿ ਆਪਣੀ ਸਲਵਾਰ ਚੱਕੀ ਨਹੀਂ ਜਾਂਦੀ। ਅਤੇ ਆਪਾਂ ਇਹਦੇ 4 ਸਿਨ ਵੀ ਪਾਵਾਂਗੇ, ਜਿਹੜੀ ਆ ਜੀ ਆਪਣੀ ਹੁੰਦੀ ਆ ਖੁੱਲ੍ਹੀ ਸਿਨ, ਜਿਸ ਤਰ੍ਹਾਂ ਆਪਣਾ ਖੁੱਲ੍ਹਾ ਪਾਸਾ, ਇਹ ਆਪਾਂ ਆਪਣੇ ਵਾਲੇ ਪਾਸੇ ਕਰਨਾ। ਇਹਦੇ 'ਤੇ ਆਪਾਂ ਆਸਣ ਰੱਖਣਾ ਹੁੰਦਾ ਹਮੇਸ਼ਾ, ਜਿਹੜੀ ਬੰਦ ਸਾਈਡ ਆ ਉਹ ਆਪਾਂ ਮੂਹਰੇ ਰੱਖਣੀ ਹੁੰਦੀ ਹੈ। ਇਸ ਤਰ੍ਹਾਂ ਜੀ ਇੱਥੋਂ ਆਪਾਂ ਪਹੁੰਚਾ ਕਰਨਾ ਹੁੰਦਾ, ਪਹੁੰਚਾ ਆਪਣਾ ਹੈਗਾ 6.5 ਤਿਆਰ। ਆਪਾਂ 1.5 ਇੰਚ ਵੱਧ ਲਵਾਂਗੇ, ਆਪਾਂ 8 ਨਿਸ਼ਾਨ ਲਵਾਂਗੇ, ਆਪਾਂ ਆਸਣ ਲਵਾਂਗੇ ਜੀ 10 ਤਿਆਰ ਆ। ਆਪਾਂ ਇਹਦੇ ਵਿੱਚ ਆਸਣ ਪਾਵਾਂਗੇ, ਝੋਲੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ, ਇਸ ਲਈ ਆਪਾਂ ਇਹ 14 ਕੱਟਾਂਗੇ। ਇਸ ਤਰ੍ਹਾਂ ਆਪਾਂ ਇਹਦੇ ਨਿਸ਼ਾਨ ਲਾ ਲਵਾਂਗੇ। ਇਸ ਤਰ੍ਹਾਂ ਆਸਣ ਪਾਉਣ ਨਾਲ ਜੀ ਸਲਵਾਰ ਚੱਕੀ ਨਹੀਂ ਜਾਂਦੀ। ਹੁਣ ਆਪਾਂ ਮਿਲਾਂਗੇ ਜੀ ਆਪਣੀ ਆਪਣਾ ਆਸਣ ਕਿੱਦਾਂ ਹੈ, ਆਪਣਾ ਆਸਣ ਜੀ ਤਿਆਰ ਹੈਗਾ 9, ਆਪਾਂ 10 ਦੀ ਕਟਾਈ ਕਰਨਾ। ਹੁਣ ਸਹੀ ਆਪਾਂ ਝੋਲੀ ਦੀ ਕਟਾਈ ਕਰਾਂਗੇ ਜੀ, ਇੱਥੋਂ ਆਪਾਂ ਆਸਣ ਪਾਉਣ ਵਾਸਤੇ ਵੱਧ ਰੱਖਿਆ ਸੀ। ਕਾਟ ਪਾਵਾਂਗੇ, ਸਾਰੀ
ਇਸ ਤਰ੍ਹਾਂ ਜੀ ਫਰੰਟ ਫਰੰਟ ਸਾਈਡ ਗਾਰਡ ਪਾਵਾਂਗੇ ਆਪਾਂ। ਇਹਦੇ ਨਾਲ ਕੀ ਹੈ ਸਲਵਾਰ ਆਪਣੀ ਬੈਕ ਸਾਈਡ ਤੋਂ ਚੱਕੀ ਨਹੀਂ ਜਾਂਦੀ। ਇਹ ਆਪਾਂ ਵੱਧ ਲਿਆ ਸੀ 2 ਇੰਚ, ਇਸ ਤਰ੍ਹਾਂ ਆਪਾਂ ਕਰ ਪਾਵਾਂਗੇ ਜੀ। ਇਹਦੀ ਆਪਾਂ ਕਟਿੰਗ ਕਰ ਦਾਂਗੇ ਅਲੱਗ ਅਲੱਗ ਪੱਲਾ ਕਰਕੇ। ਹਾਂਜੀ ਇਹ ਜਿਹੜੀ ਆਪਾਂ ਕਾਟ ਪਾਉਣੀ ਹੈ ਜੀ, ਇਹ ਆਪਾਂ ਆਸਣ ਨੂੰ ਅਟੈਚ ਕਰਕੇ ਅਤੇ ਇਹ ਵਾਲਾ ਪੱਲਾ ਇੱਧਰ ਅਟੈਚ ਕਰਕੇ ਫਿਰ ਆਪਾਂ ਜੀ ਇਹ ਫਰੰਟ ਸਾਈਡ ਤੋਂ ਕਾਟ ਪਾ ਦਾਂਗੇ ਜਦੋਂ ਆਪਾਂ ਸਟਿਚ ਕਰਨ ਲੱਗੇ। ਚੜਾਈ ਲਵਾਂਗੇ ਜੀ 7.5 ਇੰਚ ਆਪਾਂ ਇਹਦੀ ਚੜਾਈ ਲਵਾਂਗੇ। ਆਪਣੀ ਬੈਲਟ ਹੈਗੀ ਆ ਜੀ 22 ਇੰਚ, ਇਹ ਆਪਾਂ 23.5 ਇਹਦੀ ਕਟਾਈ ਕਰਾਂਗੇ। ਹਾਂਜੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।